ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਨੇਹਾ ਦਾ ਵੀਜ਼ਾ ਆਫਿਕ ਤੋਂ ਇੱਕ ਵਾਰ ਫੇਰ ਹਾਜ਼ਰ ਹੋਈ ਹਾਂ ਸਟੱਡੀ ਵੀਜ਼ੇ ਦੀ ਲੇਟੈਸਟ ਅਪਡੇਟਸ ਲੈ ਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਮੈਨੂੰ ਮੋਟੀਵੇਸ਼ਨ ਮਿਲਦੀ ਆ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਦਾ ਕੀ ਟ੍ਰੈਂਡ ਚੱਲ ਰਿਹਾ ਵਾ ਅਗਰ ਤੁਹਾਡੇ ਲੋਅ ਅਕੈਡਮਿਕਸ ਹੈਗੇ ਆ ਲੋਅ ਮਾਰਕਸ ਹੈਗੇ ਆ ਤਾਂ ਸਾਨੂੰ ਕਿਹੜੀਆਂ ਚੀਜ਼ਾਂ 'ਤੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਲੋਅ अगर तुहाडे एकेडमिक्स हैगे तां वी वीज़ाज आ रहे हैं बट सानू कुछ चीज़ों का बहुत ध्यान रखना चाहिए वा। उहदे विच सब तो पहले आपां गल करांगे कि साडा लैंग्वेज स्किल्स अच्छे होने चाहिए आ, साडा आयल्स का जिहड़ा स्कोर हैगा वा वह अच्छा होना चाहिए, पीटी दे स्कोर दे विच भी कोई कॉम्प्रोमाइज़ नहीं होना चाहिए वा, क्योंकि असी एक ऑलरेडी एक पार्ट ते लो हैगे आ ते सानू अपनी जिहड़ी बाकी चीज़ां हैगियां थोड़ियां जिहियां अपग्रेड करनियां पैणगियां। सो उत्ते कोई कॉम्प्रोमाइज़ ना करो, अगर तुहाडा आइल्स दा स्कोर घट हैगा वा तो तुसीं उहनूं रिपीट कर लो, नहीं तो रिफ्यूजल नूं फेस करोगे। सैकेंड आपां गल करिए तुहाडा सबजैक्ट, तुहाडा कोर सबजैक्ट ਹੁੰਦਾ ਕੀ ਆ, ਸਮ ਹੋ ਕੀ ਹੁੰਦਾ ਕਿ ਤੁਹਾਡੀ ਆਲ ਓਵਰ ਪਰਸੈਂਟੇਜ ਘੱਟ ਹੁੰਦੀ ਆ ਬਟ ਇੱਕ ਸਬਜੈਕਟ ਜਿਹੜਾ ਤੁਹਾਡਾ ਕੋਰ ਸਬਜੈਕਟ ਹੈਗਾ ਉਹਦੀ ਪਰਸੈਂਟੇਜ ਅੱਛੀ ਹੁੰਦੀ ਆ, ਤੁਸੀਂ ਉਹਦੇ ਰੈਲੇਵੈਂਟ ਕੋਰਸ ਲਓ ਕਿਉਂਕਿ ਉਹ ਜਿਹੜਾ ਸਬਜੈਕਟ ਹੈਗਾ ਤੁਹਾਡਾ ਅੱਛਾ ਵਾ, ਉਹਦੇ ਵਿੱਚ ਤੁਹਾਡੀ ਪਰਸੈਂਟੇਜ ਅੱਛੀ ਆ। ਸੋ ਇਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ, ਕਿਉਂਕਿ ਦੇਖੋ ਅਸੀਂ ਕੀ ਕਹਿ ਰਹੇ ਹਾਂ ਅੰਬੈਸੀ ਨੂੰ ਕਿ ਅਸੀਂ ਆਪਣੀ ਐਜੂਕੇਸ਼ਨ ਨੂੰ ਇਨਹਾਂਸ ਕਰਨ ਜਾ ਰਹੇ ਹਾਂ ਔਰ ਅਸੀਂ ਉਹਦੇ ਵਿੱਚ ਹੀ ਆਪਣਾ ਕੋਰਸ ਲਵਾਂਗੇ ਜਿਸ ਸਬਜੈਕਟ ਦੇ ਵਿੱਚ ਅਸੀਂ ਅੱਛੇ ਹਾਂ, ਜਿਹਦੇ ਵਿੱਚ ਸਾਡੀ ਪਰਸੈਂਟੇਜ ਅੱਛੀ ਆ, ਚਾਹੇ ਤੁਹਾਡੀ ਆਲ ਓਵਰ ਪਰਸੈਂਟੇਜ ਘੱਟ ਹੋਵੇ। ਸੋ ਇੱਦਾਂ ਵੀਜ਼ਾਜ਼ ਕਾਫੀ ਅੱਛੇ ਨਿਕਲੇ ਆ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ ਵਰਕ ਐਕਸਪੀਰੀਅੰਸ ਦੀ, ਅਗਰ ਤੁਹਾਡਾ ਵਰਕ ਐਕਸਪੀਰੀਅੰਸ ਇੱਕ ਅੱਛੀ ਕੰਪਨੀ ਦੇ ਵਿੱਚ ਹੈਗਾ ਵਾ, ਸਪੋਜ਼ ਜੋ ਤੁਹਾਡੀ ਐਜੂਕੇਸ਼ਨ ਆ ਉਹ ਤੁਹਾਡੇ ਵਰਕ ਐਕਸਪੀਰੀਅੰਸ ਦੇ ਨਾਲ ਮਤਲਬ ਕਿ ਉਹਨੂੰ ਤੁਸੀਂ ਜ਼ਿਆਦਾ ਵਧੀਆ ਇਨਹਾਂਸ ਕੀਤਾ, ਵਧੀਆ ਕੰਪਨੀ 'ਚ ਕੰਮ ਕਰ ਰਹੇ ਹੋ, ਤਾਂ ਤੁਸੀਂ ਉਹ ਚੀਜ਼ ਨੂੰ ਇਨਹਾਂਸ ਕਰਨ ਲਈ ਜਾਓ, ਮਤਲਬ ਜਿਹਦੇ ਵਿੱਚ ਤੁਸੀਂ ਬੈਸਟ ਹੋ ਤੁਸੀਂ ਉਹਨੂੰ ਅਡੋਪਟ ਕਰਨਾ ਵਾ ਕਿ ਮੈਂ ਇਸ ਚੀਜ਼ 'ਚ ਬੈਸਟ ਹਾਂ ਤਾਂ ਮੈਂ ਅੱਗੇ ਇਸ ਚੀਜ਼ ਲਈ ਜਾਣਾ ਚਾਹੁੰਦਾ ਵਾਂ। ਸੋ ਇਹ ਚੀਜ਼ਾਂ ਦਾ ਧਿਆਨ ਰੱਖੋ। ਐਂਡ ਲਾਸਟ ਇਜ਼ ਯੂਅਰ SOP, SOP ਦੇ ਵਿੱਚ ਤੁਸੀਂ ਆਪਣਾ ਪ੍ਰੋਪਰ ਡਿਸਕ੍ਰਾਈਬ ਕਰੋ ਕਿ ਤੁਸੀਂ ਇਹ ਵਾਲਾ ਕੋਰਸ ਕਿਉਂ ਚੋਇਸ ਕੀਤੀ ਆ, ਤੁਸੀਂ ਇਸ ਸਬਜੈਕਟ ਦੇ ਵਿੱਚ ਅੱਛੇ ਆ, ਤੁਹਾਡਾ ਇੰਟਰਸਟ ਇਸ ਸਬਜੈਕਟ ਦੇ ਵਿੱਚ ਹੈਗਾ ਔਰ ਤੁਸੀਂ ਵਾਪਸ ਆ ਕੇ ਕੀ ਪਲਾਨ ਕੀਤਾ ਹੋਇਆ। ਸੋ ਲੋਅ ਅਕੈਡਮਿਕ 'ਤੇ ਵੀ ਵੀਜ਼ਾਜ਼ ਆ ਰਹੇ ਆ, ਕਿਉਂਕਿ ਸਮਾਂ ਕੀ ਹੈ ਇਸ ਟਾਈਮ ਕੈਨੇਡਾ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਆ ਉਹ ਬਹੁਤ ਹੀ ਸ਼ਾਨਦਾਰ ਹੈਗਾ। ਸੋ ਜਿਹੜੇ ਸਟੂਡੈਂਟਸ ਲੋਅ ਅਕੈਡਮਿਕ ਦੇ ਵੀ ਹੈਗੇ ਆ ਉਹਨਾਂ ਨੂੰ ਵੀ ਇੱਕ ਵਾਰ ਜ਼ਰੂਰ ਚਾਂਸ ਲੈਣਾ ਚਾਹੀਦਾ ਵਾ। ਸੋ ਜਿਹੜੇ ਸਟੂਡੈਂਟਸ ਕਨਫਿਊਜ਼ਡ ਆ ਆਪਣੀ ਪ੍ਰੋਫਾਈਲਸ ਨੂੰ ਲੈ ਕੇ, ਕੋਰਸਿਸ ਨੂੰ ਲੈ ਕੇ, ਸਾਡੀ ਟੀਮ ਦੇ ਨਾਲ ਲਿੰਕ ਕਰ ਸਕਦੇ ਆ। ਸਾਡੀਆਂ 3 ਬ੍ਰਾਂਚਿਸ ਹੈਗੀਆਂ, ਲੁਧਿਆਣਾ, ਅੰਮ੍ਰਿਤਸਰ ਐਂਡ ਜਲੰਧਰ। ਔਨਲਾਈਨ ਫੈਸਿਲਿਟੀ ਵੀ ਅਵੇਲੇਬਲ ਹੈ। ਕੈਨੇਡਾ ਦੀ ਐਪਲੀਕੇਸ਼ਨ ਲਾਉਣ ਅਗਰ ਤੁਸੀਂ ਸਾਡੇ ਨਾਲ ਲਾਉਂਦੇ ਹਾਂ ਤਾਂ ਤੁਹਾਡੇ ਕੋਲ ਪਹਿਲੇ ਪ੍ਰੋਸੈਸਿੰਗ ਫੀਸ ਨਹੀਂ ਲਿੱਤੀ ਜਾਏਗੀ। ਸੋ ਬੁੱਕ ਯੋਰ ਕਾਲ ਐਟ 9410 9410। ਸਤਿ ਸ਼੍ਰੀ ਅਕਾਲ।